ਸਰ ਸਾਹਿਬ, ਅੱਜ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਇਕੱਠੇ ਹੋਏ ਨੇ, ਕੋਈ ਨਵੀਂ ਰਣਨੀਤੀ ਬਣਾਈ ਜਾ ਸਕੇ? ਕੀ ਰਣਨੀਤੀ ਹੋਵੇਗੀ ਅੱਜ ਦੀ? ਜੀ ਨਹੀਂ ਜੀ, ਅੱਜ ਤਾਂ ਅਸੀਂ 100ਵਾਂ ਦਿਨ ਮਨਾ ਰਹੇ ਹਾਂ, ਅੱਜ 100 ਦਿਨ ਪੂਰੇ ਮੋਰਚੇ ਨੂੰ ਹੋ ਗਏ ਨੇ, ਪ੍ਰਧਾਨ ਮੰਤਰੀ ਜੀ ਆ ਰਹੇ ਨੇ ਅਤੇ ਅਸੀਂ ਜਿਹੜਾ ਉਹਨੂੰ ਸਵਾਲ ਕਰਨ ਵਾਸਤੇ ਜਾਵਾਂਗੇ। ਜੇ ਤਾਂ ਸਾਡੀ ਗੱਲਬਾਤ ਕਰਾਉਂਦੇ ਠੀਕ ਹੈ ਅਤੇ ਨਹੀਂ ਕਰਾਉਣਗੇ ਤਾਂ ਫਿਰ ਅਸੀਂ ਤਾਂ ਜਿਹੜਾ ਉਹ ਜਾਣਾ ਜਾਣਾ। ਮਨੀਆਂ ਮੰਗਾਂ ਤੁਸੀਂ ਲਾਗੂ ਨਹੀਂ ਕੀਤੀਆਂ ਅਤੇ ਕਿਉਂ ਨਹੀਂ ਕੀਤੀਆਂ? ਸ਼ੁਭ ਕਰਨ ਦਾ ਕੀ ਕਸੂਰ ਸੀ? ਪ੍ਰਿਤਪਾਲ ਦਾ ਕੀ ਕਸੂਰ ਸੀ? ਔਰ ਸੁਖਪਾਲ ਦਾ ਕੀ ਕਸੂਰ ਸੀ ਜਿਹਦੀ ਆ ਖੋਪੜੀ ਜਿਹੜੀ ਆ ਸਾਰੀ ਜਿਹੜੀ ਆ ਉੱਡ ਗਈ ਆ? ਪ੍ਰਧਾਨ ਮੰਤਰੀ ਆ ਰਿਹਾ ਹੈ, ਇਹਨੇ ਤਾਂ ਪੰਜਾਬ ਪੁਲਿਸ ਦੀਆਂ ਜਾਂ CRP ਜਾਂ ਦੂਜੀਆਂ ਫੋਰਸਾਂ ਜਿਹੜੀਆਂ ਉਹਨਾਂ 'ਤੇ ਵਿਸ਼ਵਾਸ ਹੀ ਨਹੀਂ ਕੀਤਾ। ਪੰਜਾਬ ਦੀਆਂ ਜਾਂ ਦੇਸ਼ ਦੀਆਂ ਬਾਕੀ ਫੋਰਸਾਂ 'ਤੇ ਭਰੋਸਾ ਹੀ ਨਹੀਂ ਅਤੇ ਫਿਰ ਪੰਜਾਬ ਦੀਆਂ ਵੋਟਾਂ ਕਿਸ ਮੂੰਹ ਨਾਲ ਮੰਗਣ ਆਇਆ ਹੈ? ਇਹਨਾਂ ਦੇ ਰਾਜ ਦੇ ਵਿੱਚ ਇਹ ਕਹਿੰਦੇ ਨੇ ਕਿ ਰਾਮ ਰਾਜ, ਇਹਨਾਂ ਦੇ ਰਾਮ ਰਾਜ ਦੇ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋਣਾ ਔਰ ਮੁੜ ਕੇ ਉਹਨਾਂ ਦਾ ਕਤਲ ਕਰ ਦੇਣਾ, ਉਹਨਾਂ ਦੀਆਂ ਡੈੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਾ ਦੇਣੀਆਂ ਅਤੇ ਰਾਤ ਨੂੰ ਉਹਨਾਂ ਦੇ ਸੰਸਕਾਰ ਕਰਨੇ, ਔਰ ਦੇਸ਼ ਦੀਆਂ ਪਹਿਲਵਾਨ ਲੜਕੀਆਂ ਦੇ ਨਾਲ ਇਹਨਾਂ ਨੇ ਕੀ ਕੀਤਾ ਔਰ ਉਹਨਾਂ ਗੁੰਡਿਆਂ ਨੂੰ ਫਿਰ ਇਹ ਟਿਕਟਾਂ ਦੇ ਰਹੇ ਨੇ। ਧਰਮ ਦੇ ਨਾਂ ਦੇ ਉੱਤੇ ਔਰ ਬਰਾਦਰੀ ਦੇ ਨਾਂ ਦੇ ਉੱਤੇ ਜਿਹੜਾ ਇਹ ਵੋਟ ਜਿਹੜਾ ਇਹ ਇਲੈਕਸ਼ਨ ਲੜਦੇ ਨੇ। ਮੋਦੀ ਦੀ ਇਹ ਚਾਲ ਸੀ ਕਿ ਜਿਸ ਤਰ੍ਹਾਂ ਉਸ ਟਾਈਮ 'ਤੇ ਇੰਦਰਾ ਗਾਂਧੀ ਨੇ ਕੀਤਾ, ਇਸੇ ਤਰ੍ਹਾਂ ਮੈਂ ਕਰੂੰਗਾ ਅਤੇ ਦੇਸ਼ ਦੇ ਵਿੱਚ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਇਹ ਮੈਂ ਜਿੱਤ ਲਾਂਗਾ। ਅਸਲ ਸੋਚ ਆਏ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਸ਼ੰਭੂ ਬਾਰਡਰ ਦੇ ਉੱਤੇ, ਜਿੱਥੇ ਕਿਸਾਨਾਂ ਵੱਲੋਂ 22 ਤਰੀਕ ਨੂੰ ਇੱਕ ਵੱਡਾ ਇਕੱਠ ਕੀਤਾ ਗਿਆ ਸੀਗਾ। ਕਿਹਾ ਗਿਆ ਸੀਗਾ ਵੀ ਵੱਧ ਚੜ੍ਹ ਕੇ ਕਿਸਾਨ ਹਿੱਸਾ ਲੈਣ ਤਾਂ ਜੋ ਇੱਕ ਵੱਡਾ ਰਣਨੀਤੀ ਬਣਾਈ ਜਾ ਕੇ ਇੱਕ ਵੱਡਾ ਐਲਾਨ ਕੀਤਾ ਜਾ ਸਕਿਆ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪਟਿਆਲੇ ਵਿਖੇ ਰੈਲੀ ਕਰਨ ਆ ਰਹੇ ਨੇ ਅਤੇ ਗੱਲਬਾਤ ਕਰਾਂਗੇ ਕਿਸਾਨੀ ਲੀਡਰ ਨੇ ਬਲਦੇਵ ਸਿੰਘ ਸਰਸਾ ਨਾਲ। ਸਰਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਨੂੰ ਸਿਹਤ ਠੀਕ ਹੈ ਜੀ? ਸਿਹਤ ਤਾਂ ਤੁਸੀਂ ਵੇਖ ਲਓ ਵੀ ਨੌਜਵਾਨ ਤਾਂ ਸਾਡੇ ਗੋਲੀਆਂ ਮਾਰ ਮਾਰ ਕੇ ਸ਼ਹੀਦ ਕੀਤੇ ਗਏ ਨੇ, ਫੱਟੜ ਕਰ ਦਿੱਤੇ ਨੇ ਅਤੇ ਆਹ ਸਾਡੇ ਜਿਹੜੇ ਅਸੀਂ ਬੁੱਢੇ ਹਾਂ, ਸਾਡੀਆਂ ਜਿਹੜੀਆਂ ਹੋਰ ਵੀ 4-5 ਬੰਦੇ ਨੇ ਜਿਹੜੇ ਸਾਡੇ ਨੌਜਵਾਨਾਂ ਦੀਆਂ ਦੋਵੇਂ ਅੱਖਾਂ ਚਲੀ ਗਈਆਂ। ਆਹ ਮੇਰੀ ਵੀ ਨਿਗਾਹ ਚਲੀ ਗਈ, ਜਿਸ ਤਰ੍ਹਾਂ ਪੁਸ਼ਪਿੰਦਰ ਸਿੰਘ ਪਤਾਊ ਹੈ ਖਨੌਰੀ ਤੋਂ, ਉਹਦੇ ਵੀ ਹੋਰ ਵੀ ਬਹੁਤ ਸਾਰੇ ਸਾਡੇ ਸਿੰਘ ਨੇ ਜਿਨ੍ਹਾਂ ਦੀਆਂ ਇੱਕ ਇੱਕ ਦੋ ਦੋ ਅੱਖਾਂ ਵੀ ਚਲੀ ਗਈਆਂ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਔਰ ਮੇਰੀਆਂ ਵੀ ਅੱਖਾਂ ਤੁਸੀਂ ਵੇਖ ਸਕਦੇ ਜੇ ਵੀ ਕੀ ਹਾਲਤ ਹੈ, ਇਹ ਵੀ ਗੈਸ ਦੇ ਨਾਲ ਹੀ ਉਦੋਂ ਦੀ ਹੋਈ ਹੈ ਅਤੇ ਠੀਕ ਨਹੀਂ ਹੋ ਰਹੀ। ਸੋ ਸਿਰਸਾ ਸਾਹਿਬ, ਅੱਜ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਇਕੱਠੇ ਹੋਏ ਨੇ, ਕੋਈ ਨਵੀਂ ਰਣਨੀਤੀ ਬਣਾਈ ਜਾ ਸਕੇ? ਕੀ ਰਣਨੀਤੀ ਹੋਵੇਗੀ ਅੱਜ ਦੀ? ਜੀ ਨਹੀਂ ਜੀ, ਅੱਜ ਤਾਂ ਅਸੀਂ 100ਵਾਂ ਦਿਨ ਮਨਾ ਰਹੇ ਹਾਂ, ਅੱਜ 100 ਦਿਨ ਪੂਰੇ ਮੋਰਚੇ ਨੂੰ ਹੋ ਗਏ ਨੇ, ਅੱਜ ਅਸੀਂ ਪੂਰਾ ਇੱਥੇ ਇਕੱਠ ਕਰਕੇ, ਇਕੱਲੇ ਇੱਥੇ ਨਹੀਂ, ਆਹ ਸ਼ੰਭੂ ਬਾਰਡਰ 'ਤੇ ਆਪਾਂ ਬੈਠੇ ਹਾਂ, ਇਸੇ ਤਰ੍ਹਾਂ ਖਨੌਰੀ ਬਾਰਡਰ 'ਤੇ ਆ, ਇਸੇ ਤਰ੍ਹਾਂ ਡੱਬਾਲੀ ਬਾਰਡਰ 'ਤੇ ਆ, ਇਸੇ ਤਰ੍ਹਾਂ ਰਤਨਪੁਰਾ ਬਾਰਡਰ 'ਤੇ ਆ, ਚਾਰਾਂ ਬਾਰਡਰਾਂ ਦੇ ਉੱਤੇ ਜਿਹੜਾ ਹੈ ਉਹ ਸਾਡਾ ਇਸੇ ਤਰ੍ਹਾਂ ਅੱਜ 100ਵਾਂ ਦਿਨ ਜਿਹੜਾ ਇਹ ਮੋਰਚੇ ਦਾ ਮਨਾਇਆ ਜਾ ਰਿਹਾ। ਸੋ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆ ਰਹੇ ਨੇ, ਉਹਨੂੰ ਲੈ ਕੇ ਕੀ ਕਰੋਗੇ ਜੀ ਕੱਲ੍ਹ ਫਿਰ? ਦੇਖੋ, ਇਹ ਅਸੀਂ ਪਹਿਲਾਂ ਐਲਾਨ ਕਰ ਹੀ ਦਿੱਤਾ ਸੀ ਅਤੇ ਪਰਸੋਂ ਹੀ ਮੀਟਿੰਗ ਦੇ ਵਿੱਚ ਜਿਹੜੀ ਸੀ ਗੱਲ ਕਰ ਦਿੱਤੀ ਸੀ ਪ੍ਰੈਸ ਮੀਟਿੰਗ ਦੇ ਵਿੱਚ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਅਤੇ ਅਸੀਂ ਜਿਹੜਾ ਉਹਨੂੰ ਸਵਾਲ ਕਰਨ ਵਾਸਤੇ ਜਾਵਾਂਗੇ। ਜੇ ਤਾਂ ਸਾਡੀ ਗੱਲਬਾਤ ਕਰਾਉਂਦੇ ਠੀਕ ਹੈ ਅਤੇ ਨਹੀਂ ਕਰਾਉਣਗੇ ਤਾਂ ਫਿਰ ਅਸੀਂ ਤਾਂ ਜਿਹੜਾ ਉਹ ਜਾਣਾ ਜਾਣਾ, ਫਿਰ ਉਹਦਾ ਜਿਹੜਾ ਉਹ ਵਿਰੋਧ ਹੁੰਦਾ ਕੀ ਹੁੰਦਾ ਹੈ ਇਹ ਤਾਂ ਮੌਕਾ ਦੱਸੇਗਾ ਵੀ ਕੀ ਹੁੰਦਾ, ਲੇਕਿਨ ਅਸੀਂ ਵਿਰੋਧ ਨਹੀਂ ਕਰ ਰਹੇ, ਅਸੀਂ ਤਾਂ ਉਹਨਾਂ 'ਤੇ ਸਵਾਲ ਕਰ ਰਹੇ ਹਾਂ ਵੀ ਤੁਸੀਂ ਆਹ ਜਿਹੜੀਆਂ ਮੰਗਾਂ ਨੇ ਇਹ ਸਾਡੀਆਂ ਮੰਨੀਆਂ ਹੋਈਆਂ ਸੀ, ਮੰਨੀਆਂ ਮੰਗਾਂ ਤੁਸੀਂ ਲਾਗੂ ਨਹੀਂ ਕੀਤੀਆਂ ਅਤੇ ਕਿਉਂ ਨਹੀਂ ਕੀਤੀਆਂ? ਸ਼ੁਭ ਕਰਨ ਦਾ ਕੀ ਕਸੂਰ ਸੀ? ਪ੍ਰਿਤਪਾਲ ਦਾ ਕੀ ਕਸੂਰ ਸੀ? ਔਰ ਸੁਖਪਾਲ ਦਾ ਕੀ ਕਸੂਰ ਸੀ ਜਿਹਦੀ ਆ ਖੋਪੜੀ ਜਿਹੜੀ ਆ ਸਾਰੀ ਜਿਹੜੀ ਆ ਉੱਡ ਗਈ ਆ? ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਨ੍ਹਾਂ ਦੀਆਂ, ਪੁਸ਼ਪਿੰਦਰ ਪਾਲ ਦਾ ਕੀ ਕਸੂਰ ਹੈ ਜਿਨ੍ਹਾਂ ਦੀਆਂ ਦੋਵੇਂ ਅੱਖਾਂ ਜਿਹੜੀਆਂ ਨੇ ਉਹ ਚਲੇ ਗਈਆਂ? ਸੋ ਅਸੀਂ ਤਾਂ ਪੁੱਛਾਂਗੇ ਸਵੇਰੇ।
ਸੋ ਸਿਰਸਾ ਸਾਹਿਬ ਦੂਜੇ ਪਾਸੇ ਗੱਲ ਕਰੇ, ਜਦੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਤਾਂ ਰਸਤੇ ਦੇ ਵਿੱਚ ਰੁਕ ਗਏ ਸੀਗੇ, ਹਾਲਾਂ ਕਾਰਨ ਕੁਝ ਹੋਰ ਸੀ, ਪਰ ਜਾਂਦੇ ਹੋਏ ਕਹਿ ਕੇ ਕਹਿੰਦੇ ਸੀ ਐਮ ਨੂੰ ਕਹਿ ਕੇ ਮੈਂ ਬਚ ਕੇ ਚੱਲਿਆ, ਉਦੋਂ ਵੀ ਕਿਸਾਨਾਂ ਨੇ ਜਦੋਂ ਰੋਡ ਜਾਮ ਕਰ ਲਿਆ ਸੀ, ਉਹ ਸਥਿਤੀ ਤਾਂ ਨਹੀਂ ਪੈਦਾ ਹੋ ਜਾਏਗੀ ਕਿਉਂਕਿ ਅੰਦੋਲਨ ਨੂੰ ਬਦਨਾਮ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ? ਦੇਖੋ, ਇਸ ਵਾਰੀ ਤਾਂ ਉਹਨੇ ਨਾ ਪੰਜਾਬ ਸਰਕਾਰ ਅਤੇ ਵੈਸੇ ਵੀ ਜਿਹੜਾ ਕੋਈ ਮਤਲਬ ਕਿ ਚਲੋ ਜਦੋਂ ਕੋਈ ਇਹਨਾਂ ਦੀਆਂ ਜਿਹੜੀਆਂ ਸਿਕਿਉਰਟੀਆਂ ਨੇ ਉਹ ਪ੍ਰੋਟੋਕੋਲ ਹੁੰਦਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਹੋਵੇ ਉਹ ਉਹਨਾਂ ਨੇ ਉਸ ਹਿਸਾਬ ਨਾਲ ਕਰ ਰਹੀਆਂ ਨੇ, ਲੇਕਿਨ ਇਹ ਜਿਹੜਾ ਪ੍ਰਧਾਨ ਮੰਤਰੀ ਆ ਰਿਹਾ ਹੈ ਇਹਨੇ ਤਾਂ ਪੰਜਾਬ ਪੁਲਿਸ ਦੀਆਂ ਜਾਂ CRP ਜਾਂ ਦੂਜੀਆਂ ਫੋਰਸਾਂ ਜਿਹੜੀਆਂ ਉਹਨਾਂ 'ਤੇ ਵਿਸ਼ਵਾਸ ਹੀ ਨਹੀਂ ਕੀਤਾ, ਇਹਨੇ ਤਾਂ ਆਪਣੀ ਗੁਜਰਾਤ ਦੀ ਫੋਰਸ ਲਿਆਂਦੀ ਆ। ਅਤੇ ਮੈਂ ਤਾਂ ਇਹ ਕਹਾਂਗਾ ਕਿ ਜਦੋਂ ਇਹਨੂੰ ਪੰਜਾਬ ਦੀਆਂ ਜਾਂ ਦੇਸ਼ ਦੀਆਂ ਬਾਕੀ ਫੋਰਸਾਂ 'ਤੇ ਭਰੋਸਾ ਹੀ ਨਹੀਂ ਤਾਂ ਫਿਰ ਪੰਜਾਬ ਦੀਆਂ ਵੋਟਾਂ ਕਿਸ ਸਮੂਹ ਨਾਲ ਮੰਗਣ ਆਇਆ ਹੈ? ਜੇ ਜਿਸ ਰਾਜੇ ਨੂੰ ਆਪਣੀ ਪ੍ਰਜਾ ਤੋਂ ਇੰਨਾ ਖਤਰਾ ਹੋਵੇ ਤਾਂ ਫਿਰ ਉਹ ਰਾਜਾ ਘਾਉਣ ਦਾ ਹੱਕਦਾਰ ਕੀ ਹੈ ਅਤੇ ਉਹਨਾਂ ਲੋਕਾਂ ਦੀਆਂ ਵੋਟਾਂ ਲੈਣ ਮੰਗਣ ਦਾ ਹੱਕਦਾਰ ਕੀ ਹੈ? ਠੀਕ ਹੈ। ਸੋ ਜਿੱਥੇ BJP ਦੇ ਉਮੀਦਵਾਰਾਂ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ, ਹਾਲਾਂਕਿ ਕਿਤੇ ਨਾ ਕਿਤੇ ਵਿਰੋਧ ਜਾਇਜ਼ ਸੀਗਾ, ਪਰ ਹੁਣ ਉਹ ਵੀ ਪਖਲਾ ਗਏ ਨੇ, ਉਹ ਵੀ ਮਾੜਾ ਬੋਲਣ ਲੱਗੇ, ਹੰਸਰਾਜ ਹੰਸ ਹੋ ਗਏ, ਰਵਨੀਤ ਬਿੱਟੂ ਹੋ ਗਏ, ਉਹਨਾਂ ਵੱਲੋਂ ਕਿਹਾ ਗਿਆ ਵੀ 2 ਤਰੀਕ ਟੱਪਣ ਤੋਂ ਫਿਰ ਅਸੀਂ ਦੱਸਾਂਗੇ ਕਿਸਾਨਾਂ ਨੂੰ ਜੀ। ਇਹ ਪਹਿਲੀ ਵਾਰ ਇਹਨਾਂ ਨੇ ਕਰਨਾ? ਇਹ ਲੋਕ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਅੱਜ ਤੱਕ ਕਿਸ ਤਰ੍ਹਾਂ ਕੀਤਾ? ਜੇ ਬੀਫ ਦੇ ਕੇਸ ਆਏ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਕੀਤਾ? ਇਹਨਾਂ ਦੇ ਰਾਜ ਦੇ ਵਿੱਚ ਇਹ ਕਹਿੰਦੇ ਨੇ ਕਿ ਰਾਮ ਰਾਜ, ਇਹਨਾਂ ਦੇ ਰਾਮ ਰਾਜ ਦੇ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋਣਾ ਔਰ ਮੁੜ ਕੇ ਉਹਨਾਂ ਦਾ ਕਤਲ ਕਰ ਦੇਣਾ, ਉਹਨਾਂ ਦੀਆਂ ਡੈੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਾ ਦੇਣੀਆਂ ਅਤੇ ਰਾਤ ਨੂੰ ਉਹਨਾਂ ਦੇ ਸੰਸਕਾਰ ਕਰਨੇ, ਔਰ ਦੇਸ਼ ਦੀਆਂ ਪਹਿਲਵਾਨ ਲੜਕੀਆਂ ਦੇ ਨਾਲ ਇਹਨਾਂ ਨੇ ਕੀ ਕੀਤਾ, ਔਰ ਉਹਨਾਂ ਗੁੰਡਿਆਂ ਨੂੰ ਫਿਰ ਇਹ ਟਿਕਟਾਂ ਦੇ ਰਹੇ ਨੇ, ਹੰਸਰਾ ਹੰਸ ਵੀ ਤਾਂ ਉਹਨਾਂ 'ਚੋਂ ਹੀ ਆ, ਜਿਹੜਾ ਆ ਬਿੱਟੂ ਆ ਰਵਨੀਤ ਬਿੱਟੂ ਬੇਂਤੇ ਬੁੱਚੜ ਦਾ ਮੁੰਡਾ, ਇਹਦਾ ਉਸੇ ਬੁੱਢੇ ਦਾ ਪੋਤਰਾ ਹੈ ਨਾ ਬੇਂਤੇ ਦਾ, ਜਿਹਨੇ ਉਸ ਟਾਈਮ 'ਤੇ KPS ਗਿੱਲ ਦੇ ਨਾਲ ਰਲ ਕੇ ਅਤੇ ਪੰਜਾਬ ਦੀ ਜਵਾਨੀ ਜਿਹੜੀ ਸੀ ਉਹ ਖਤਮ ਕੀਤੀ, ਔਰ ਕਿਸ ਤਰ੍ਹਾਂ ਬਾਪ ਅਤੇ ਧੀ ਨੂੰ ਦੋਵਾਂ ਨੂੰ ਨਿਰਵਸਤਰ ਕਰਕੇ ਇੱਕ ਹਵਾਲਾਟ 'ਚ ਬੰਦ ਕੀਤਾ, ਭੈਣ ਅਤੇ ਭਰਾ ਨੂੰ ਨਿਰਵਸਤਰ ਕਰਕੇ ਨਹੀਂ ਕੀਤਾ, ਇਹ ਪੋਤਰਾ ਤਾਂ ਉਸੇ ਬੇਂਤੇ ਦਾ ਹੈ ਨਾ, ਅਤੇ ਇਹਨਾਂ ਦੀ ਜਿਹੜੀ ਆਵਾਜ਼ ਹੈ ਇਹਨਾਂ ਦੀ ਜਿਹੜੀ ਬੋਲੀ ਆ ਇੱਕ ਦਿਨ ਹੀ ਇਹਨਾਂ ਦੀ ਨੀਤੀ ਆ ਕਿ ਜਿਸ ਤਰ੍ਹਾਂ ਹੁਣ ਮੋਦੀ ਜਿਹੜਾ ਉਹ ਵੀ ਤਾਂ ਇਹੋ ਕੁਛ ਹੀ ਕਰ ਰਿਹਾ, ਜਿਹੜਾ ਉਹ ਕਹਿਤਾ ਕਿ ਮੰਗਲ ਸੂਤਰ ਤੁਹਾਡਾ ਛਿਣ ਜਾਏਗਾ, ਤੁਹਾਡੀ ਪ੍ਰੋਪਰਟੀ ਚਲੇ ਜਾਏਗੀ, ਇਹ ਕਿਸ ਤਰ੍ਹਾਂ ਬੁਰਖਲਾਟ ਦੇ ਵਿੱਚ ਬਿਆਨ ਦੇ ਰਹੇ ਨੇ, ਇਹ ਮਤਲਬ ਕਿ ਧਰਮ ਦੇ ਨਾਂ ਦੇ ਉੱਤੇ ਔਰ ਬਰਾਦਰੀ ਦੇ ਨਾਂ ਦੇ ਉੱਤੇ ਜਿਹੜਾ ਇਹ ਵੋਟ ਜਿਹੜਾ ਇਹ ਇਲੈਕਸ਼ਨ ਲੜਦੇ ਨੇ, ਇਹਨਾਂ ਨੂੰ ਕਿਸੇ ਦਾ ਭਰੋਸਾ ਨਹੀਂ, ਇਹ ਸਾਰਿਆਂ ਦੀ ਸੋਚ ਇੱਕੋ ਆ। ਦਿੱਲੀ ਸਭ ਦੀ ਹੈ ਜੀ, ਪੰਜਾਬ ਦੀ ਵੀ ਦਿੱਲੀ ਹੈਗੀ ਹੈ ਜੀ, ਆਪਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ। ਜਦੋਂ ਹੁਣ ਕਿਸਾਨਾਂ ਵੱਲੋਂ ਉਮੀਦਵਾਰਾਂ ਨੂੰ ਰੋਕਿਆ ਜਾ ਰਿਹਾ ਪਿੰਡਾਂ ਦੇ ਵਿੜਨ ਦੇ ਵਿੱਚ, ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਕਿਸਾਨ ਤਾਂ ਕੋਈ ਹੋਰ ਨੇ ਜੀ, ਇਹ ਤਾਂ ਦੂਜੇ ਕਿਸਾਨ ਨੇ ਜਿਹੜੇ ਉਈ ਚੱਕ ਕੇ ਝੰਡੇ ਖੜੇ ਹੋ ਜਾਂਦੇ ਨੇ ਜੀ, ਕੀ ਕਹੋਗੇ ਜੀ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਸੋਚ ਇੱਕ ਹੋਰ ਆ, ਇਹ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰ ਰਹੇ ਨੇ ਜਿਹੜੀ ਇਹਨਾਂ ਨੂੰ ਤਾਂ ਕੀਤੀ ਆ। ਇਸ ਤੋਂ ਪਹਿਲਾਂ ਦੀ ਮੈਂ ਤੁਹਾਨੂੰ ਜਿਹੜਾ ਕਿ ਤੁਹਾਨੂੰ 1984 'ਚ ਲੈ ਜਾਂਦਾ, ਜਿਸ ਤਰ੍ਹਾਂ ਕਿ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨ ਕੇ ਅਤੇ ਮੋਰਚਾ ਲਾਇਆ, ਉਹਦਾ ਨਾਂ ਰੱਖਤਾ ਧਰਮਯੁੱਧ, ਔਰ ਉਹ ਅਨੰਦਪੁਰ ਪ੍ਰਸਤਾਵ ਹੈ ਕੀ ਸੀ? ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਖਿਆ ਗਿਆ ਅਤੇ ਉਹਦਾ ਨਾਂ ਰੱਖਤਾ ਅਨੰਦਪੁਰ ਸਾਹਿਬ। ਉਹ 'ਚ ਲਿਖਿਆ ਕੀ ਸੀ? ਲਿਖਿਆ ਇਹ ਸੀ ਕਿ ਕੇਂਦਰ ਸਰਕਾਰ ਆਪਣੇ ਕੋਲ ਆਰਮੀ, ਕਰੰਸੀ, ਵਿਦੇਸ਼ ਨੀਤੀ, ਰੇਲਵੇ, ਡਾਕ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਅਧਿਕਾਰ ਦੇਸ਼ ਦੇ ਰਾਜਾਂ ਨੂੰ ਦਿੱਤੇ ਜਾਣ। ਲੇਕਿਨ ਉਸ ਟਾਈਮ 'ਤੇ ਮੈਨੂੰ ਨਹੀਂ ਪਤਾ ਵੀ ਅਕਾਲੀਆਂ ਦੀ ਬਦ ਨੀਤੀ ਸੀ ਕਿ ਜਾਂ ਉਹਨਾਂ ਦੀ ਸੋਚ ਸੌੜੀ ਸੀ, ਉਹਨਾਂ ਨੇ ਬਾਕੀ ਰਾਜਾਂ ਦੇ ਸੂਬਿਆਂ ਦੇ ਲੋਕਾਂ ਨੂੰ ਨਾਲ ਨਹੀਂ ਲਿਆ, ਇਕੱਲਿਆਂ ਨੇ ਮੋਰਚਾ ਲਾ ਤਾ।
ਔਰ ਉਸ ਮੋਰਚੇ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਸੀ ਦੇਸ਼ ਦੀ ਹੁਕਮਰਾਨ ਦੇਸ਼ ਮਹਿਰੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ RSS ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ LK ਅਡਵਾਨੀ ਨੇ ਆਪਣੀ ਕਿਤਾਬ 'ਚ ਵੀ ਲਿਖਿਆ ਮਾਈ ਕੰਟਰੀ ਮਾਈ ਲਾਈਫ 'ਚ ਵੀ ਇੰਦਰਾ ਗਾਂਧੀ ਜਿਹੜੀ ਆ ਉਹ ਆਰਮੀ ਹਮਲਾ ਨਹੀਂ ਸੀ ਕਰਦੀ, ਅਸੀਂ ਕਰਵਾਇਆ। ਇਸੇ ਤਰ੍ਹਾਂ ਖੱਬੀਆਂ ਧਿਰਾਂ 'ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਅਤੇ ਉਹ ਸਾਨੂੰ ਬਦਨਾਮ ਕਰਕੇ ਵੀ ਸੰਤ ਭਿੰਡਰਾਂ ਵਾਲੇ ਜਿਹੜੇ ਨੇ ਇਹ ਕਰ ਦੇਣਗੇ ਵੋ ਕਰ ਦੇਣਗੇ, ਅਤੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ 'ਤੇ ਤੋਪਾਂ ਨਾਲ ਹਮਲਾ ਕਰਾਇਆ। ਜੋ ਸਾਡੇ ਨਾਲ ਹੋਇਆ ਉਹਦਾ ਮੈਂ ਉਹ ਸਿਰਫ ਇਸ ਕਰਕੇ ਕੀਤਾ। ਔਰ ਉਸ ਤੋਂ ਬਾਅਦ ਜਦੋਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਉਹਦਾ ਬਦਲੇ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕੀਰਤਨ ਸੋਹਲਾ ਪੜ੍ਹਤਾ, ਅਤੇ ਫਿਰ ਕੀ ਹੋਇਆ, ਫਿਰ ਸਮੁੱਚੇ ਦੇਸ਼ ਦੇ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਉਸ ਵਿਚਾਰਨ ਵਾਲੀ ਗੱਲ ਇਹ ਹੈ ਕਿ 1985 'ਚ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੋਈਆਂ, ਜਿੰਨਾ ਬਹੁਮਤ ਉਸ ਟਾਈਮ 'ਤੇ ਰਾਜੀਵ ਗਾਂਧੀ ਨੂੰ ਮਿਲਿਆ, ਉਹਨਾਂ ਬਹੁਮਤ ਉਦੋਂ ਪਹਿਲਾਂ ਨਾ ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਨੂੰ ਮਿਲਿਆ ਸੀ, ਅਤੇ ਨਾ ਹੀ ਰਾਜੀਵ ਗਾਂਧੀ ਦੀ ਮਾਤਾ ਇੰਦਰਾ ਗਾਂਧੀ ਨੂੰ ਮਿਲਿਆ ਸੀ। ਉਹ ਕਿਉਂ ਮਿਲਿਆ ਕਿ ਇਹਨਾਂ ਨੇ ਸਾਰੇ ਲੋਕਾਂ ਨੇ RSS 'ਤੇ ਸਾਰਿਆਂ ਨੇ ਮਿਲ ਕੇ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਅਤੇ ਇਹ ਗੱਲ ਕਹੀ ਕਿ ਜੇਕਰ ਇੰਦਰਾ ਜੀ ਇਹ ਅਕਾਲ ਤਖ਼ਤ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਨਾ ਕਰਦੇ, ਭਿੰਡਰਾਂ ਵਾਲੇ ਨੂੰ ਨਾ ਕਤਲ ਕਰਦੇ, ਅਤੇ ਇਹਨਾਂ ਨੇ ਦੇਸ਼ ਟੁਕੜੇ ਟੁਕੜੇ ਕਰ ਦੇਣਾ ਸੀ। ਇਸ ਚੀਜ਼ ਨੂੰ ਮੰਨ ਕੇ ਜਦੋਂ 1985 'ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਅਤੇ ਤਾਂ ਕਰਕੇ ਰਾਜੀਵ ਗਾਂਧੀ ਨੂੰ ਬਹੁਮਤ ਮਿਲਿਆ ਸੀ, ਔਰ ਇਸੇ ਕਰਕੇ ਉਹਦੇ ਨਕਸ਼ੇ ਕਦਮਾਂ 'ਤੇ ਚੱਲਦੇ ਮੋਦੀ ਨੇ ਸਾਨੂੰ ਜਦੋਂ ਅਸੀਂ ਨਵੰਬਰ 2020 ਦੇ ਵਿੱਚ ਦਿੱਲੀ ਨੂੰ ਜਾ ਰਹੇ ਹਾਂ ਤਾਂ ਸਾਨੂੰ ਰਸਤੇ 'ਚ ਰੋਕ ਲਿਆ, ਇੱਥੇ ਰੋਕਿਆ, ਪਰ ਇੱਥੇ ਨਾ ਰੁਕੇ, ਹਰਿਆਣੇ ਦੇ ਬਾਰਡਰ ਤੋਂ ਅੱਗੇ ਨਹੀਂ ਨਿਕਲਣ ਦਿੱਤਾ, ਅਤੇ ਸਾਨੂੰ ਬਦਨਾਮ ਕੀਤਾ ਗਿਆ ਕਿ ਇਹ ਵੱਖਵਾਦੀ ਨੇ, ਅੱਤਵਾਦੀ ਨੇ, ਦੇਸ਼ ਧਰੋਹੀ ਨੇ। ਲੇਕਿਨ ਉਹਦੀ ਚਾਲ ਨਾ ਚੱਲੀ, ਹਰਿਆਣੇ ਦੇ ਜਾਟ ਭਾਈਚਾਰੇ ਨੇ, ਹਿੰਦੂ ਸਮਾਜ ਨੇ, ਦੇਸ਼ ਦੇ ਲੋਕਾਂ ਨੇ ਜਿਹੜਾ ਸੀ ਉਹ ਸਾਡੇ ਪਿੱਛੇ ਕੰਧ ਵਾਂਗੂ ਆ ਕੇ ਖੜ੍ਹ ਗਏ, ਅਤੇ ਦੇਸ਼ ਅਖੀਰ ਨੂੰ ਮੋਦੀ ਨੂੰ ਜਿਹੜੇ ਸੀ ਉਹ ਕਾਲੇ ਕਾਨੂੰਨ ਰੱਦ ਕਰਨੇ ਪਏ, ਔਰ ਉਹਨੇ ਸਾਡੇ ਨਾਲ ਇੱਕ ਫਰੇਬ ਕੀਤਾ, ਸਾਡੇ ਨਾਲ ਲਿਖਤੀ ਸਮਝੌਤਾ ਕਰ ਲਿਆ। ਲੇਕਿਨ ਆਹ 13 ਫਰਵਰੀ 2024 ਦੇ ਵਿੱਚ ਅਸੀਂ ਦਿੱਲੀ ਨੂੰ ਜਾ ਰਹੇ ਸੀ ਵੀ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ, ਇਹ ਪੂਰੇ ਕਿਉਂ ਨਹੀਂ ਕਰ ਰਹੇ, ਅਤੇ ਸਾਨੂੰ ਉਹਨਾਂ ਨੇ ਹਰਿਆਣੇ 'ਚ ਇੰਟਰ ਨਹੀਂ ਕਰਨ ਦਿੱਤਾ। ਕਿਉਂ ਨਹੀਂ ਕਰਨ ਦਿੱਤਾ? ਸਿਰਫ ਇਸ ਕਰਕੇ ਕਿ ਇਹ ਜਿਹੜੇ ਨੇ ਇਹ ਕਿਸਾਨ ਨੇਗੇ। ਇਹ ਜਿਹੜੀ ਗੱਲ ਤੁਸੀਂ ਕੀਤੀ ਆ, ਇਹ ਗੱਲ ਦਾ ਜਵਾਬ ਇਹ ਹੈ ਕਿ ਉਹ ਕਹਿੰਦੇ ਨੇ ਵੀ ਉਹ ਸਾਨੂੰ ਤਾਂ ਕਿਸਾਨ ਉਦੋਂ ਵੀ ਨਹੀਂ ਮੰਨਦੇ, ਅੱਜ ਨਹੀਂ ਮੰਨਦੇ। ਇੱਕ ਪਾਸੇ ਕਹਿੰਦੇ ਆ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ, ਦੂਸਰੇ ਪਾਸੇ ਸਾਨੂੰ ਬਦਨਾਮ ਕਰਨ ਲਈ ਕਹਿੰਦੇ ਨੇ। ਇਹਨਾਂ ਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਭੰਡਾਂਗੇ, ਭੰਡ ਕੇ 2412 ਜਿਸ ਤਰ੍ਹਾਂ ਇਹਨਾਂ ਨੇ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਜੋ ਬਾਰਡਰਾਂ ਉੱਤੇ ਫਾਇਰਿੰਗ ਕੀਤੀ ਆ, ਜਿਸ ਤਰ੍ਹਾਂ ਜਿਹੜੇ ਇਹਨਾਂ ਨੇ ਬੰਬਾਰੀ ਕੀਤੀ ਆ, ਸ਼ੁਭਕਰਨ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਪਿਰਤਪਾਲ ਨੂੰ ਬੁਰੀ ਪਾਇ ਲੈ ਗਏ, ਅਸੀਂ ਫਿਰ ਵੀ ਸ਼ਾਂਤੀ ਬਣਾ ਕੇ ਰੱਖੀ, ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਦਿੱਤਾ, ਇਹਨਾਂ ਦੀ ਪੇਸ਼ ਨਹੀਂ ਗਈ, ਔਰ ਇਹਨਾਂ ਦਾ ਬਹਾਨਾ ਨਹੀਂ ਬਣਿਆ। ਨਹੀਂ ਤਾਂ ਮੋਦੀ ਦੀ ਇਹ ਚਾਲ ਸੀ ਕਿ ਜਿਸ ਤਰ੍ਹਾਂ ਉਸ ਟਾਈਮ 'ਤੇ ਇੰਦਰਾ ਗਾਂਧੀ ਨੇ ਕੀਤਾ, ਇਸੇ ਤਰ੍ਹਾਂ ਮੈਂ ਕਰੂੰਗਾ, ਅਤੇ ਦੇਸ਼ ਦੇ ਵਿੱਚ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਇਹ ਮੈਂ ਜਿੱਤ ਲਾਂਗਾ, ਅਸਲ ਸੋਚ ਆਏ। ਸੋ ਇਸ ਸਾਡੇ ਨਾਲ ਕਿਸਾਨੀ ਆਗੂ ਬਲਦੇਵ ਸਿੰਘ ਸਿਰਸਾ, ਜਿਨ੍ਹਾਂ ਨੇ ਬੇਬਾਕੀ ਦੇ ਨਾਲ ਸਰਕਾਰ 'ਤੇ ਕਈ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਕਿਹਾ ਕਿ ਇਹਨਾਂ ਦੀ ਬੜੀ ਵੱਡੀ ਚਾਲ ਆ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੈਟਰ ਦੇਵਾਂਗੇ ਜਿਹਦੇ ਵਿੱਚ ਕਾਫੀ ਮੰਗਾਂ ਹੋਣਗੀਆਂ। ਹੁਣ ਕੱਲ੍ਹ ਵੇਖਾਂਗੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਜਾਂਦਾ ਜਾਂ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ, ਨਾਲ ਸਮਾਂ ਦੱਸੇਗਾ। ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪਾਖੇ ਮਾਹੌਲ 'ਚ
ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ। ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ। ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦੇਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।